ਆਪ ਅਨਮੋਲਦੀਪ ਸਿੱਧੂ ਕੌਣ ਹੈ ਸਾਡੇ ਨਾਲ ਤਾਂ ਰਹਿੰਦਾ ਰਿਹਾ ਬਾਈ ਜੀ ਸਾਡੀ ਪਾਰਟੀ ਵੱਲੋਂ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜੂ ਬਾਈ ਜੀ ਸਾਡੀ ਤਾਂ ਕੋਈ ਗੱਲ ਹੀ ਨਹੀਂ ਮੋੜਦਾ ਤੇ ਤੀਜਾ ਉਹਨੇ ਕਰਤਾ ਸੀ ਅਨਮੋਲ ਨੂੰ ਪ੍ਰਪੋਜ਼ ਤੇ ਆਪਣੇ ਸਰਦਾਰ ਜੀ ਨੇ ਕਰਤੀ ਨਾ ਅਨਮੋਲ ਬੇਕਸੂਰ ਹੈ ਪਰਚੀ ਸੀਪੀਆਈ ਦੀ ਨਹੀਂ ਹੈ ਅਸੀਂ ਸਾਰੇ ਨਾ ਯਾਰ ਜੱਸ ਮੈਂ ਦੁਬਾਰਾ ਵਾਪਸ ਕਾਲਜ ਨਹੀਂ ਜਾਣਾ ਉਹ ਖੜੋ ਇੱਕ ਮਿੰਟ ਸਾਡਾ ਸਮਾਨ ਬਾਈ ਜੀ ਚੀਮਾ ਬਾਈ ਜੀ ਤੁਹਾਨੂੰ ਨਵਾਂ ਕਮਰਾ ਅਲਾਟ ਕਰਤਾ ਨਵਾਂ ਕਮਰਾ ਕੀ ਕਹ ਪੁੱਛਣ ਜੀ ਹਾਂ ਕਿ ਓਕੇ ਕੋਈ ਚੀਜ਼ ਕਾ ਜ਼ਰੂਰਤ ਹੋਗਾ ਤੋ ਮੰਗ ਮੈਨੂੰ ਇਸ ਬੰਦੇ ਦੀ ਪੂਰੀ ਇਨਫੋਰਮੇਸ਼ਨ ਚਾਹੀਦੀ ਹੈ ਜਿਨ੍ਹਾਂ ਦੀ ਅੱਜ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਵੀਰ ਜੀ ਦੀ ਮੌਤ ਨਾਲ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਉਸਤਾਦ ਜੀ ਮੈਨੂੰ ਪਤਾ ਹੈ ਕਿ ਉਹ ਬਿਜ਼ਨਸਮੈਨ ਦਾ ਕਤਲ ਕਿਸਨੇ ਕੀਤਾ ਸ਼ੇਰਾਂ ਨੂੰ ਆਪਣੇ ਬੱਚਿਆਂ ਦਾ ਢਿੱਡ ਭਰਨ ਵਾਸਤੇ ਸ਼ਿਕਾਰ ਤੇ ਜਾਣੇ ਪੈਂਦਾ ਕਾਕਾ ਬਸ ਇਹ ਦਾ ਕੰਮ ਕਿੱਥੇ ਤੱਕ ਪਹੁੰਚਿਆ ਉਹ ਹੋ ਗਈ ਹੈ ਜੀ ਮੇਰੀ ਗੱਲ ਉਹ ਜਿਹੜਾ ਸਾਡਾ ਮੁੰਡਾ ਸੀ ਨਾ ਜਿਹੜਾ ਇਹ ਕੰਮ ਕਰਦਾ ਉਹ ਕਿਤੇ ਚਲਾ ਗਿਆ ਕਿਤੇ ਉਹ ਲਾਲੀ ਤਾਂ ਨਹੀਂ ਆਹ ਦੇਖੋ ਇਹ ਕੱਲ੍ਹ ਦੀਆਂ ਭੋਗ ਦੀਆਂ ਤਸਵੀਰਾਂ ਨੇ ਮੈਨੂੰ ਤਾਂ ਪਤਾ ਨਹੀਂ ਸੀ ਲੱਗਣਾ ਪਰ ਸਾਡੇ ਘਰ ਦੇ ਲੱਗੇ CCTV ਕੈਮਰੇ ਇੱਕੋ ਦਮ ਖਰਾਬ ਹੋ ਗਏ ਪਰ ਮੈਨੂੰ ਕੀ ਪਤਾ ਸੀ ਕਿ ਉਸਤਾਦ ਜੀ ਕਹਿਣ ਵਾਲਾ ਚੇਲਾ ਇੱਕ ਦਿਨ ਸਾਡੇ ਨਾਲ ਹੀ ਉਸਤਾਦ ਜੀ ਕਰ ਬਾਈ ਜੀ ਮੰਨਿਆ ਨਸ਼ਾ ਹੋਸਟਲ ਤੱਕ ਪਹੁੰਚਾਉਣ ਦੀ ਗੱਲ ਹੋਈ ਸੀ ਪਰ ਤੁਸੀਂ ਇਹ ਤਾਂ ਦੇਖੋ ਕਿ ਬੈਠਿਆਂ ਬਿਠਾਇਆ ਕਿੰਨਾ ਪੈਸਾ ਮਿਲ ਰਿਹਾ ਹੈ ਪਰ ਰਿਸਕ 100% ਆਪਣਾ ਢਿੱਲੋਂ ਨਾਲੇ ਇਹਨਾਂ ਦੇ ਰਾਣੇ ਉਸਤਾਦ ਦਾ ਕੀ ਪਤਾ ਕਿਹੜੀ ਗੁਫਾ 'ਚ ਰਹਿੰਦਾ ਸਾਲਾ ਉਹ ਤੂੰ ਪਰਵਾਹ ਨਾ ਕਰ ਢਿੱਲੋਂ ਹੋਸਟਲ ਦੇ CCTV ਕੈਮਰਿਆਂ ਨੂੰ ਹੈਕ ਕਰਨ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੋਰ ਵੀ ਲਾਲੀ ਕਿੰਨਾ ਟਾਈਮ ਲੱਗੂ ਫਿਰ ਬਈ ਕੰਮ ਥੋੜ੍ਹਾ ਔਖਾ ਹੈ 4-5 ਦਿਨ ਲੱਗ ਜਾਣਗੇ ਲੈ ਲੈ ਜਿੰਨਾ ਟਾਈਮ ਲੈਣਾ ਲੈ ਲੈ ਹੋਰ ਤੈਨੂੰ ਜਿਉਂਦਾ ਛੱਡੇ ਹੀ ਕਾਹਦੇ ਵਾਸਤੇ ਹੈ ਕਿਵੇਂ ਲੱਗਿਆ ਮੌਤ ਨੂੰ ਸਾਹਮਣੇ ਦੇਖ ਕੇ ਕਿਵੇਂ ਲੱਗਿਆ ਲਾਲੀ ਹੈਂ ਜੇ ਦੋਸਤ ਦੋਸਤ ਨਾ ਰਹੇ ਨਾ ਤਾਂ ਉਸਨੂੰ ਦੁਸ਼ਮਣ ਵੀ ਨਹੀਂ ਸਮਝਣਾ ਚਾਹੀਦਾ ਤੇਰੇ ਉਸਤਾਦ ਦੀ ਵੱਖਰੀ ਦੁਨੀਆ ਹੈ ਤੇ ਵੱਖਰੇ ਅਸੂਲ ਨੇ ਹਲੇ ਨਹੀਂ ਮਾਰਨਾ ਤੈਨੂੰ ਜਿਉਂਦਾ ਰੱਖਣਾ ਕਿਉਂਕਿ ਕੁਛ ਕੰਮ ਨੇ ਜੋ ਸਿਰਫ ਤੂੰ ਕਰ ਠੀਕ ਹੈ ਨਾ ਸ਼ੇਰਾ ਓਕੇ ਗੋਡ ਬਲੈਸ ਯੂ ਚਲੋ ਬਾਈ ਮੈਨੂੰ ਹੁਣ ਤੁਸੀਂ ਪੜ੍ਹਨ ਦੇਣਾ ਕਿ ਨਹੀਂ ਯਾਰ ਅੱਜ ਦਾ ਦਿਨ ਐਡਜਸਟ ਕਰ ਲਓ ਕੱਲ ਤੋਂ ਮੈਂ ਆਪਣਾ ਨਵਾਂ ਲੈਂਪ ਲੈ ਆਊਂਗਾ ਆਓ ਵੀ ਆਓ ਮੁੰਡੇ ਆਜੋ ਮੈਨੂੰ ਪੈ ਜਾਂਦੀ ਕਦੇ ਕਦੇ ਲੋੜ ਗੁੰਦਣ ਦੀ ਕਿਉਂ
ਮੈਂ ਟਿਕਟੋਕ ਬਣਾਣੀ ਹੁੰਦੀ ਆ। ਹਾਂ ਸੱਚ, ਐ ਕਰੀਓ ਦੋ ਨਾ ਸੰਤਰੇ ਲਿਆ ਦਿਓ ਇਹਨੂੰ ਨਾਲ। ਓਹੋ ਟਿਕਟੋਕ ਸਟਾਰ ਦਾਦਾ, ਮੇਰੀ ਗੱਲ ਸੁਣੇ, ਸੰਤਰੇ ਦਾ ਰਿਸਕ ਨਹੀਂ ਲੈਂਦਾ ਹੁਣ ਮੈਂ, ਪਿਛਲੀ ਵਾਰੀ ਮਸਾਂ ਬਚੇ ਆ। ਉਹ ਨਾ 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 ਨਾ, ਲਿਫਾਫਾ ਨਹੀਂ ਲਾਉਣਾ ਹੈਗਾ। ਕਿਉਂ ਲਿਫਾਫਾ ਕਿਉਂ ਨਹੀਂ ਲਾਉਣਾ? ਉਹ ਤੇਰੀ ਪਹਿਲਾਂ ਹੀ ਨਹੀਂ ਪੜਪੜ ਬੰਦ ਹੁੰਦੀ, ਉੱਤੋਂ ਕੁਰਸੀਆਂ ਤੇ ਕੀਸੀਆਂ ਕਰ ਕਰਕੇ ਚੜ ਚੜ ਅੱਡ ਕਰੀ ਜਾਏਗਾ। ਉਹ ਜਸ ਸਮਝਿਆ ਕਰ, ਕੁਰਸੀ 'ਤੇ ਲਿਫਾਫਾ ਪਾ ਕੇ ਕੁਰਸੀ ਗੰਦੀ ਨਹੀਂ ਹੁੰਦੀ। ਤੈਨੂੰ ਜੰਮਣ ਤੋਂ ਪਹਿਲਾਂ ਤੇਰੇ ਘਰਦਿਆਂ ਨੇ ਪਤਾ ਨਹੀਂ ਇਹ ਗੱਲ ਕਿਉਂ ਨਹੀਂ ਸਮਝੀ। ਕਿਆ ਹੋਇਆ? ਕੁਛ ਨਹੀਂ ਕੁਛ ਨਹੀਂ, ਚੜਾਓ ਚੜਾਓ। ਤੂੰ ਨਾਮ ਹੀ ਪਹਿਲੀ ਵਾਰ ਸੁਣਿਆ। ਕੀ ਗੱਲ, ਹੁਣ ਮੂੰਹ ਲਮਕਾਈ ਖੜਾ? ਉਦੋਂ ਤਾਂ ਬੜੀਆਂ ਫੜਾਂ ਜੀਆਂ ਮਾਰਦਾ ਸੀ। ਅਹੇ ਜੀ, ਟੈਨਸ਼ਨ ਲੈਣ ਦੀ ਗੱਲ ਹੀ ਕੋਈ ਨਹੀਂ, ਅਨਮੋਲ ਯਾਰ ਹੈ ਆਪਣਾ, ਆਪਾਂ ਨੂੰ ਥੋੜ੍ਹਾ ਮਨਾ ਕਰ ਦਿਓ। ਪਰ ਜਿਵੇਂ ਬਾਈ, ਇਹਨੇ ਹਲੇ ਤੱਕ ਆਪਣੀ ਪਾਰਟੀ ਦਾ ਨਾਮ ਵੀ ਨਹੀਂ ਦੱਸਿਆ ਉਹਨੂੰ। ਬਾਈ ਜੀ, ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਉਹ ਨਾਲ ਗੱਲ ਕਰਨ ਦੀ, ਪਰ ਮੈਂ ਕਰਾਂ ਕੀ ਜੀ, ਉਹ ਤਾਂ ਸਾਲਾ ਕਿਤਾਬਾਂ 'ਚੋਂ ਹੀ ਨਹੀਂ ਬਾਹਰ ਨਿਕਲਦਾ। ਹੋਰ ਸੁਣਾ, ਸਹੂਲਤਾਂ ਵਧੀਆ ਮੇਰੀਆਂ ਨੇ? ਸਹੂਲਤਾਂ ਸਹੂਲਤਾਂ ਤਾਂ ਬਾਈ ਜੀ ਤੁਸੀਂ ਇਹੋ ਜਿਹੀਆਂ ਦਿੱਤੀਆਂ ਨੇ ਕਿ 5-star ਹੋਟਲ ਨੂੰ ਵੀ ਮਾਤ ਪਾਈ ਪਈ ਹੈ ਜੀ। ਮੈਂ ਕਹਿੰਦਾ ਜੀ, ਨਜ਼ਾਰੇ ਤੇ ਨਜ਼ਾਰਾ ਬੰਨਿਆ ਪਿਆ ਜੀ। ਇਹ ਨਜ਼ਾਰੇ ਹਰ ਕਿਸੇ ਦੀ ਕਿਸਮਤ 'ਚ ਨਹੀਂ ਹੁੰਦੇ। ਤੈਨੂੰ ਪਤਾ ਕਿੰਨੇ ਧੱਕੇ ਖਾਣੇ ਪੈਂਦੇ ਨੇ ਹੌਸਟਲ ਲੈਣ ਲਈ। ਬੋਲ, ਕੁਛ ਪੁੱਛ ਰਹੇ ਨੇ ਬਾਈ ਜੀ। ਹੈ? ਹਾਂਜੀ ਬਾਈ ਜੀ, ਸਾਡੇ ਤੋਂ ਵੱਧ ਕੇ ਕੌਣ ਜਾਣ ਸਕਦਾ ਜੀ। ਬਾਈ ਕੌਫੀ। ਜੇ ਹੌਸਟਲ 'ਚ ਰਹਿਣਾ ਚਾਹੁੰਦਾ ਹੈ ਨਾ, ਤਾਂ ਅਨਮੋਲ ਨੂੰ ਕਿਤਾਬਾਂ 'ਚੋਂ ਬਾਹਰ ਕੱਢ, ਜਾਂ ਫਿਰ ਆਪ ਹੌਸਟਲ 'ਚੋਂ ਨਿਕਲਣ ਦੀ ਤਿਆਰੀ ਕਰ ਲੈ। ਜੀ ਬਾਈ ਜੀ। ਚੱਲ ਜਾ ਹੁਣ। ਬਾਈ ਕੌਫੀ ਠੰਡੀ ਹੋ ਜੀ। ਬਾਈ ਜੀ, ਇੱਕ ਗੱਲ ਕਰਨੀ ਸੀ। ਮੈਂ ਕਹਿੰਦਾ ਸੀ ਜੇ ਤੁਸੀਂ ਨਹੀਂ ਕੌਫੀ ਪੀਣੀ ਤਾਂ ਮੈਂ ਪੀ ਲੈਂਦਾ। ਓ ਯਾਰ, ਇਹ ਫ੍ਰੀ ਫਾਇਰ ਜੀ ਅਪਡੇਟ ਕਿਉਂ ਨਹੀਂ ਹੋ ਰਹੀ? ਵੈਲਕਮ ਬੈਕ ਅਨਮੋਲ ਵੀਰੇ। ਓ ਯਾਰ, ਤੂੰ ਕਾਹ ਤੋਂ ਖੇਡਣ ਲੱਗ ਗਿਆ ਗੇਮਾਂ ਦੀਆਂ? ਖੇਡ ਲਈਦੀ ਆ ਕਦੇ ਕਦੇ। ਕੀ ਹਾਲ ਨੇ ਅਨਮੋਲ ਵੀਰੇ? ਵਧੀਆ ਵੀਰੇ, ਤੁਸੀਂ ਸੁਣਾਓ ਕਿਦਾਂ? ਬਹੁਤ ਵਧੀਆ ਵੀਰੇ। ਚੰਗਾ ਸਭ ਕੁਝ ਖਾਇਆ ਬਈ ਤੁਸੀਂ ਕਾਲਜ ਵਾਲਿਆਂ ਨੂੰ ਯਾਰ? ਹਾਂਜੀ ਬਾਈ, ਤੁਹਾਡੇ ਵਾਪਸ ਆਉਣ ਨਾਲ ਵਿਦਿਆਰਥੀਆਂ ਦੀ ਯੂਨਿਟੀ ਵੀ ਵਾਪਸ ਆ ਗਈ ਬਾਈ। ਕੀਪ ਇਟ ਅਪ। ਥੈਂਕ ਯੂ ਵੀਰੇ। ਕਿਲਦੇ ਆ ਬਾਜੀ ਬਾਅਦ ਚ ਫਿਰ। ਓਕੇ ਜੀ। ਹਾਈ ਜਸ। ਹਾਈ। ਨਾਈਸ ਸ਼ਰਟ। ਥੈਂਕ ਯੂ। ਹੈਲੋ। ਹਾਂਜੀ, ਜਸ ਬੋਲ ਰਹਾ। ਕੌਣ? ਟੈਲੈਂਟ ਲਾਇਬ੍ਰੇਰੀ। ਓਏ, ਬੜੀ ਵੱਡੀ ਕੰਪਨੀ, ਵੱਡੇ ਵੱਡੇ ਸਿੰਗਰਾਂ ਨੂੰ ਮੈਨੇਜ ਕਰਦੀ ਹੈ ਕੰਪਨੀ। ਹਾਂਜੀ। ਸਤਿ ਸ਼੍ਰੀ ਅਕਾਲ ਮੋਲ ਵੀਰੇ। ਸਤਿ ਸ਼੍ਰੀ ਅਕਾਲ ਵੀਰੇ। ਠੀਕ ਹੈ ਬਾਈ। ਵਾਹ ਜੀ ਵਾਹ ਅਨਮੋਲ ਵੀਰੇ, ਬੜੀ ਚੜ੍ਹਾਈ ਆ ਕਾਲਜ 'ਚ। ਹੈਂ, ਵੱਲ ਤੇਰੇ ਉੱਤੇ ਇੱਕ ਮੀਮ ਵੀ ਬਣ ਗਿਆ, ਕਹਿੰਦੇ ਹੁਣ ਇਹ ਗੱਲ ਕੌਣ ਫੈਲਾ ਰਿਹਾ ਕਿ ਅਨਮੋਲਦੀਪ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਮੁੰਡਾ। ਵੈਸੇ ਬਾਈ, ਫਲਾਣ ਵੀ ਕਿਉਂ ਨਾ, ਹੈਂ, ਇੱਕ ਨੂੰ ਲੋਕ ਪੰਜਾਬ ਦਾ ਸੀਐਮ ਬਣਾਉਣ ਨੂੰ ਫਿਰਦੇ ਨੇ ਅਤੇ ਦੂਜੇ ਨੂੰ ਕਾਲਜ ਦਾ। ਕਾਲਜ ਦਾ ਸੀਐਮ ਨਹੀਂ, ਪ੍ਰੈਜੀਡੈਂਟ ਹੁੰਦਾ। ਉਹ ਤੂੰ ਪ੍ਰੈਜੀਡੈਂਟ ਬਣਨ ਨੂੰ ਤਿਆਰ ਤਾਂ ਉਹ ਬਣਾ ਦੀਏ। ਹਾਂ ਜੱਸ, ਕੀ ਕਹਿੰਦੇ ਫਿਰ ਟੈਲੈਂਟ ਲਾਇਬ੍ਰੇਰੀ ਵਾਲੇ? ਕਹਿਣਾ ਕੀ ਸੀ? ਹੈਂ, ਡੂਇਟ ਗਾਣਾ ਕਰਨ ਨੂੰ ਫਿਰਦੇ ਆ। ਗਾਣਾ? ਉਹ ਦੇਖੀ ਕਿਤੇ ਮੇਰੀ ਵਾਲੀ ਗਲਤੀ ਨਾ ਕਰਨੀ। ਤੇਰੇ ਵਾਂਗੂ ਅੱਖਾਂ ਮੀਚ ਕੇ ਨਹੀਂ ਸਾਈਨ ਕਰਨ ਲੱਗਿਆ ਮੈਂ, ਨਾ ਤਾਂ ਇਹਨਾਂ ਦਾ ਕੋਈ ਕੰਟਰੈਕਟ ਵਾਲਾ ਜੱਬ ਆ, ਇਹਨਾਂ ਨੇ ਤਾਂ ਬਸ ਇੱਕ ਗਾਣੇ ਦੀ ਡੀਲ ਕਰਨੀ ਹੈ, ਕਹਿੰਦੇ ਬਜਟ ਬਣਾ ਕੇ ਦਿਓ, ਅਸੀਂ ਅਕਾਊਂਟ 'ਚ ਪੈਸੇ ਪਵਾ ਦਿੰਦੇ ਹਾਂ। ਫਿਰ ਕਿੰਨਾ ਬਜਟ ਕਿਹਾ ਤੂੰ? 10 ਲੱਖ। ਉਹ ਮੂੰਹ ਬੰਦ ਕਰ ਲਾ, ਮੂੰਹ ਬੰਦ ਕਰ ਲਾ, ਮੱਖੀ ਪੈ ਜੂਗੀ। ਇਹ ਸ਼ਹਿਦ ਵਾਲੀ ਮੱਖੀ ਆ, ਅੱਧਾ ਰਸਤਾ ਮਾਰਾ ਚੋ ਵੀ ਲਿਆ। ਕੀ ਮਤਲਬ? 5 ਲੱਖ ਆ ਗਿਆ ਇਹਦੇ, ਪੈ ਗਈ ਮੱਖੀ ਹੁਣ। ਪਰ ਯਾਰ, ਡੂਇਟ ਗਾਣੇ ਲਈ ਫੀਮੇਲ ਵੋਕਲਿਸਟ ਕੌਣ ਲਈ ਹੈ? ਓ ਯਾਰ, ਮੈਨੂੰ ਲੈ ਲਾ, ਮੇਰੀ ਕਿਹੜਾ ਕੁੜੀਆਂ ਤੋਂ ਘੱਟ ਆਵਾਜ਼ ਆ? ਸਕਰੈਚ ਨਾ ਪਵਾਲੀ ਵੇ ਆ ਕਾਲੀ ਘਰ ਤੇ। ਤੇਰੇ ਤੋਂ ਬੰਦਿਆਂ ਦੀ ਆਵਾਜ਼ ਨਿਕਲਦੀ ਨਹੀਂ, ਇਹ ਕੱਢੂ ਜਨਾਨੀਆਂ ਵਾਲੀ ਆਵਾਜ਼। ਆਇਆ ਵੱਡਾ ਗੁਰਲੇਜ ਸਿੰਘ ਅਖਤਰ। ਉਹ ਮੈਂ ਰਿਆਜ਼ ਕਰ ਲੂੰ, ਮੇਰੀ ਗੱਲ ਤਾਂ ਸੁਣ ਲਾ।
ਬਿਲਕੁਲ ਉਸ ਵਾਲੇ ਨੇ ਜ਼ਿਆਦਾ ਹੀ ਧੱਕਾ ਕਰਦਾ ਦਿੱਤੇ ਨਾ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੌਸਲਾ ਰੱਖ ਦਿੱਤੀ ਰੋਣ ਨਾਲ ਕਿਹੜਾ ਕੋਈ ਹੱਲ ਹੋ ਜੂਗਾ ਆਪਾਂ ਕਰਦੇ ਹਾਂ ਨਾ ਗੱਲ ਕੋਈ ਗੱਲ ਕੀ ਕਰੋਗੀ ਦਿੱਪਤੀ ਹੋਣਾ ਕੀ ਸੀ ਹੋਸਟਲ 'ਚ ਐਡਜਸਟਮੈਂਟ 'ਤੇ ਰਹਿ ਰਹੀ ਸੀ ਅਤੇ ਵਾਰਡਨ ਨੇ ਅੱਜ ਇਹਨੂੰ ਰੂਮ ਖਾਲੀ ਕਰਨ ਲਈ ਕਿਹਾ ਤਾ ਯਾਰ ਐਂ ਕਿਵੇਂ ਕਰ ਸਕਦੇ ਨੇ ਉਹ ਆਪਾਂ ਚੱਲਦੇ ਹਾਂ ਪ੍ਰਿੰਸੀਪਲ ਕੋਲ ਹੁਣ ਕੁਝ ਨਹੀਂ ਹੋ ਸਕਦਾ ਜਸਵੀਰੇ ਕਿਉਂਕਿ ਵਾਰਡਨ ਮੈਮ ਨੇ ਮੇਰੇ 'ਤੇ ਫੇਵਰ ਕੀਤਾ ਹੋਇਆ ਸੀ ਹੋਸਟਲ ਮੈਨੂੰ ਅਲੋਟ ਨਹੀਂ ਸੀ ਹੋਇਆ ਅਤੇ ਪੀ ਜੀ ਅਫੋਰਡ ਕਰਨਾ ਮੇਰੇ ਵਾਸਤੇ ਨਹੀਂ ਚੱਲ ਕੋਈ ਨਾ ਦਿੱਪਤੀ ਤੂੰ ਟੈਨਸ਼ਨ ਨਾ ਲੈ ਆਪਾਂ ਸਾਰੇ ਜਾਣੇ ਹੱਲ ਕੱਢਦੇ ਹਾਂ ਤੇਰੇ ਪੀਜੀ ਦਾ ਪਰ ਜਦ ਸਵਾਲ ਤਾਂ ਇਹ ਹੈ ਕਿ ਵਾਰਡਨ ਨੇ ਬਿਨਾਂ ਨੋਟਿਸ ਦਿੱਤੇ ਇੱਦਾਂ ਕਰ ਕਿਵੇਂ ਦਿੱਤਾ ਉਹ ਕੁਝ ਨਹੀਂ ਯਾਰ ਕਾਲਜ ਵਾਲੇ ਕੱਲ੍ਹ ਵਾਲੇ ਧਰਨੇ ਕਰਕੇ ਖੁੰਦਕ ਕੱਢ ਰਹੇ ਨੇ ਅਤੇ ਜ਼ਿਆਦਾ ਗਾਜ ਵੀ ਉਹਨਾਂ 'ਤੇ ਡਿਗਰੀ ਹੈ ਜਿਹੜੇ ਪ੍ਰਿੰਸੀਪਲ ਕੋਲ ਐਪਲੀਕੇਸ਼ਨ ਲੈ ਕੇ ਗਏ ਸੀ ਆ ਗਈ ਪ੍ਰਿੰਸੀਪਲ ਦੀ ਕੁੜੀ ਵੈਸੇ ਇੱਕ ਗੱਲ ਦਾ ਫਾਇਦਾ ਹੋ ਗਿਆ ਆਪਾਂ ਲੱਕੀ ਘਰ ਗਏ ਹੋਏ ਸੀ ਕਿਸੇ ਹੋਰ ਨਾਲ ਵੀ ਧੱਕਾ ਹੋਇਆ ਮੇਰੀ ਯਾਰ ਫੀਸ ਮਾਫੀ ਦੀ ਐਪਲੀਕੇਸ਼ਨ ਰਿਜੈਕਟ ਕਰਤੀ ਸਾਡੇ ਨਾਲ ਨੁੱਕੜ ਨਾਟਕ ਵਿੱਚ ਪੀ ਐਚ ਡੀ ਦਾ ਇੱਕ ਰਿਸਰਚ ਸਕਾਲਰ ਸੀ ਉਹਦਾ ਸਾਇਨੋਪਸਿਸ ਕੈਂਸਲ ਕਰਤਾ ਇਹਨਾਂ ਨੇ ਉਹਦਾ ਮਾੜਾ ਹੋ ਰਿਹਾ ਯਾਰ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਾਲਜ ਦੇ ਵਿਰੋਧ ਦੇ ਵਿੱਚ ਬਾਕੀ ਸਟੂਡੈਂਟਸ ਵੀ ਤਾਂ ਸੀਗੇ ਉਹਨਾਂ ਨੂੰ ਤਾਂ ਕੁਝ ਕੋਈ ਕਹਿ ਨਹੀਂ ਰਿਹਾ ਕਿਉਂਕਿ ਉਹ ਸਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਜੋ ਸੰਬੰਧ ਰੱਖਦੇ ਨੇ ਅਤੇ ਕਾਲਜ ਚੰਗੀ ਤਰ੍ਹਾਂ ਜਾਣਦਾ ਹੈ ਜੋ ਵੀ ਇਹਨਾਂ 'ਚੋਂ ਜਿੱਤ ਕੇ ਕੱਲ੍ਹ ਕੌਂਸਲ 'ਚ ਆ ਗਿਆ ਗਿਣ ਗਿਣ ਕੇ ਬਦਲੀ ਲਊ ਉਹ ਬਸ ਫਿਰ ਆਪਾਂ ਕਿਸੇ ਪਾਰਟੀ 'ਚ ਸ਼ਾਮਿਲ ਹੁੰਦੇ ਹਾਂ ਉਹ ਕਿਹੜੀ ਪਾਰਟੀ 'ਚ ਸ਼ਾਮਿਲ ਹੋਣਾ ਜਿੰਨੀਆਂ ਵੀ ਪਾਰਟੀਆਂ ਇੱਥੇ ਸਭ ਮਤਲਬ ਖੋਰ ਨੇ ਫਿਰ ਕਿਉਂ ਨਾ ਆਪਾਂ ਆਪਣੀ ਕੋਈ ਪਾਰਟੀ ਬਣਾ ਲਈਏ ਜਿਹੜੀ ਹਰ ਲੋੜਵੰਦ ਸਟੂਡੈਂਟ ਦੀ ਹੈਲਪ ਕਰੇ ਕੀਰਤ ਪਾਰਟੀ ਕਰਨ ਨੂੰ ਨਹੀਂ ਕਿਹਾ ਪਾਰਟੀ ਬਣਾਉਣ ਨੂੰ ਕਿਹਾ ਕੈਂਪੇਨਿੰਗ 'ਚ ਪਤਾ ਕਿੰਨੇ ਪੈਸੇ ਲੱਗਦੇ ਨੇ ਅੰਦਾਜ਼ਾ ਕਿਸੇ ਨੂੰ 5000 ਲੈ ਲਿੰਗਦੋ ਕਮੇਟੀ ਦਾ ਰੂਲ ਹੈ ਕਿ ਇੱਕ ਸਟੂਡੈਂਟ ਪਾਰਟੀ ਇਲੈਕਸ਼ਨ ਦੇ ਵਿੱਚ ਸਿਰਫ 5000 ਰੁਪਏ ਖਰਚ ਕਰ ਸਕਦੀ ਹੈ ਫਿਰ ਇੰਨੇ ਕੁ ਪੈਸੇ ਤਾਂ ਆਪਸ 'ਚ ਇਕੱਠੇ ਕਰ ਸਕਦੇ ਹਾਂ ਇੱਕ ਨਵੀਂ ਪਾਰਟੀ ਦਾ ਬੰਨਾ ਤੇ ਉਹਨੂੰ ਸ਼ੁਰੂਆਤ ਤੋਂ ਸਿਰੇ ਤੱਕ ਲੈ ਕੇ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਸਹੀ ਕਹਿ ਰਿਹਾ ਬਾਈ ਨਾਲੇ ਬਾਕੀ ਪਾਰਟੀਆਂ ਤਾਂ ਪਹਿਲੇ ਹੀ ਵੈਲ ਐਸਟੈਬਲਿਸ਼ਡ ਨੇ ਪਰ ਉਹਨਾਂ ਨੇ ਵੀ ਤਾਂ ਕਦੇ ਸ਼ੁਰੂਆਤ ਕੀਤੀ ਹੋਣੀ ਹੈ ਨਾ ਆਪਣੀ ਅੱਜ ਤੋਂ ਸਹੀ ਕੀ ਗੱਲ ਜਸ ਤੂੰ ਕਿਉਂ ਹੱਸ ਰਿਹਾ ਯਾਰ ਮੈਂ ਤਾਂ ਹੱਸ ਰਿਹਾ ਕਿ ਜਿਹੜੀ ਕੁੜੀ ਨੇ ਕਦੇ ਮੂੰਹ 'ਚ ਚੂ ਨਹੀਂ ਸੀ ਕੀਤੀ ਉਹ ਅੱਜ ਚੋਣਾਂ 'ਚ ਖੜੇ ਹੋਣ ਦੀ ਗੱਲ ਕਰ ਰਹੀ ਹੈ ਚੱਲ ਚੰਗਾ ਬਹੁਤਾ ਸਮਾਰਟ ਨਾ ਬਣ ਆ ਟੈਂਡਰ ਸ਼ੀਟ ਦੇ ਬੈਲ ਹੋ ਗਈ ਮੈਡਮ ਆਉਂਦੇ ਹੋਣੇ ਆ ਗੁੱਡ ਮਾਰਨਿੰਗ ਆਲ ਆਫ ਯੂ ਗੁੱਡ ਮਾਰਨਿੰਗ ਵਾਹ ਜੀ ਵਾਹ ਅੱਜ ਹੋਈ ਆ ਗੁੱਡ ਮਾਰਨਿੰਗ ਤਾਂ ਪਲੀਜ਼ ਸਿਟ ਡਾਊਨ ਥੈਂਕ ਯੂ ਮੈਮ ਹੁਣ ਬਣੀ ਆ ਗੱਲ ਖਿੜੇ ਹੋਏ ਚਿਹਰੇ ਦੇਖ ਕੇ ਲੱਗ ਰਿਹਾ ਕਿ ਕਲਾਸ ਬੈਠੀ ਹੈ ਖਿੜੇ ਹੋਏ ਚਿਹਰੇ ਤੇ ਪਹਿਲਾਂ ਵਾਂਗੂ ਕੀਰਤ ਨੇ ਅਟੈਂਡੈਂਸ ਵੀ ਲੈ ਲਈ ਹੋਣੀ ਹਾਂਜੀ ਮੈਮ ਅੱਛਾ ਕੀਰਤ ਇੱਦਾਂ ਕਰੋ ਜਿਹੜੇ ਬੱਚੇ ਕੱਲ੍ਹ ਪ੍ਰੋਟੈਸਟ 'ਚ ਸ਼ਾਮਿਲ ਸੀਗੇ ਉਹਨਾਂ ਦੀ ਅਟੈਂਡੈਂਸ ਵੀ ਲੈ ਲਓ ਜੀ ਮੈਮ ਬਟ ਮੈਮ ਦਿਸ ਇਜ਼ ਅਨਫੇਅਰ ਜੋ ਲੋਕ ਕੱਲ੍ਹ ਪ੍ਰੋਟੈਸਟ ਮੈਂ ਨਹੀਂ ਸ਼ਾਮਿਲ ਥੇ ਉਨਕੇ ਐਬਸੈਂਟ ਕਿਉਂ ਤੁਹਾਡੀ ਐਬਸੈਂਟ ਇਸ ਕਰਕੇ ਲੱਗ ਰਹੀ ਹੈ ਕਿਉਂਕਿ ਤੁਸੀਂ ਆਪਣੀ ਕਲਾਸ ਦੇ ਬੱਚਿਆਂ ਨਾਲ ਯੂਨਿਟੀ ਨਹੀਂ ਦਿਖਾਈ ਬਟ ਮੈਮ ਪ੍ਰੋਟੈਸਟ ਮੈਂ ਜਾਣਾ ਜਾਂ ਨਹੀਂ ਜਾਣਾ ਇਹ ਤਾਂ ਹਮਾਰੀ ਚੋਇਸ ਹੈ ਨਾ ਹਮ ਕਾਲਜ ਮੈਂ ਪੜ੍ਹਨੇ ਕੇ ਲਈ ਆਤੇ ਹੈ ਪ੍ਰੋਟੈਸਟ ਕਰਨੇ ਕੇ ਲਈ ਨਹੀਂ ਚਲੋ ਇੱਦਾਂ ਕਰੋ ਜਿਹੜੇ ਬੱਚੇ ਕੱਲ੍ਹ ਕਾਲਜ ਪ੍ਰੈਜੈਂਟ ਸੀ ਉਹਨਾਂ ਦੀ ਅਟੈਂਡੈਂਸ ਲੱਗ ਜੂਗੀ ਅਤੇ ਜਿਹੜੇ ਘਰ ਬੈਠ ਕੇ ਤਮਾਸ਼ਾ ਦੇਖ ਰਹੇ ਸੀ ਉਹਨਾਂ ਦੀ ਨਹੀਂ ਓਕੇ ਕੱਢੋ ਆਪਣੀਆਂ ਕਿਤਾਬਾਂ ਹੱਦ ਹੈ ਕੱਲ੍ਹ ਵੀ ਸਾਰਾ ਦਿਨ ਇੱਦਾਂ ਹੀ ਲੰਘ ਗਿਆ ਚਲੋ ਚਲੋ ਖੋਲੋ ਆਪਣੀਆਂ ਬੁੱਕਸ ਚਲੋ ਚਲੋ ਇੱਥੇ ਕੋ ਬਹਿ ਗਿਆ ਕੀ ਪੜ੍ਹ ਰਹੇ ਆਪਾਂ ਵਰਚੁਅਲ ਮੈਮਰੀ ਕਿਨਵਾ ਪੇਜ ਆ 201 ਹਾਂਜੀ ਬੱਚੇ ਵਰਚੁਅਲ ਮੈਮਰੀ ਬਾਰੇ ਕੌਣ ਦੱਸੂਗਾ ਹਾਂਜੀ ਲਖਵਿੰਦਰ ਤੁਸੀਂ ਦੱਸੋ ਵਰਚੁਅਲ ਮੈਮਰੀ ਇਜ਼ ਅ ਮੈਮਰੀ ਮੈਨੇਜਮੈਂਟ ਟੈਕਨੀਕ ਦੈਟ ਪ੍ਰੋਵਾਈਡਸ ਐਨ
idealized abstraction of storage resources that are actually available on a given machine, which creates the illusion to user of very large memory. Oh, bilkul sahi kaha sir. Sit down. Thank you. यार जा साहब ने लकी नहीं हो गया ये तो चंगा बड़ा नलायक हुंदा सी यार मेन ता लगदा ना इने अपने पूछण दा कुछ जूठा खा पी लिया ओ हां पूछने ना करे जूठा दूध भी छड्या गया अपना कोई ना बोलण दा लेक्चर खत्म खादा पीता सारा कढ़ दे आदा ओके असाइनमेंट बना के लेके आओ टाइम ते अच्छा अनमोल ते लखविंदर नैक्सट चैप्टर लिए थोनों पहले दो चैप्टर याद होने जरूरी ने सो तुसी मेरे लैब चलो मैं थोनों रिवाइज करा देनी हाँ मैं यूट्यूब तो पढ़ ली सी अच्छा अनमोल फिर तुसी आ जाओ ओके बिल्कुल सही जा रहे हैं लक्की ऐदा ही मन लगा के पढ़ता रहा ओ भाई तुसी कितने जा रहे हो लाइब्रेरी यार मैनू भी नाल ले जाओ यार थोनू टाइम लग जाना मैंने थोड़ा जल्दी है मैं जावा मैं आता जाता चक्कर पता की है मैं लाइब्रेरी का राह नहीं पता चलो कर लो हाँ एक मिनट वेलकम बैक लक्की अच्छा शायद जाते एक मिनट तुम डिस्ट्रैक्ट करने की कोशिश करेंगे पर तू डटिया रही तो अपने वही गल याद रखी केड़ी दबीदा नहीं हुंदा चल बाय मिलते हैं फिर ओके चलिए आप चलिए हाँ चलो ਭੁੱਲ ਕੇ ਤਾਂ ਪੱਟ ਭੁੱਲ ਗਏ ਯਾਰ ਹੁਣ ਤਾਂ ਦੱਸ ਦੇ ਲਾਇਬ੍ਰੇਰੀ ਕਿਹੜੇ ਖੂੰਜੇ 'ਚ ਉੱਥੋਂ ਦੇ ਉਰੇ ਤੱਕ ਸਿਰਫ 10 ਕਦਮ ਚੱਲੇ ਆ ਉਹਨੇ 'ਚ ਮੇਰੇ ਤੋਂ 10 ਵਾਰੀ ਪੁੱਛ ਚੁੱਕਿਆ ਓਏ ਅਸੀਂ ਦੱਸ ਦਿੰਦੇ ਹਾਂ ਕਿੱਥੇ ਆ ਲਾਇਬ੍ਰੇਰੀ ਕਿਉਂਕਿ ਮੈਨੂੰ ਕਿਸੇ ਇਹੋ ਜਿਹੇ ਨੇ ਦੱਸਿਆ ਕਿ 1167 ਪੌੜੀਆਂ ਚੜ੍ਹ ਕੇ ਤਾਂ ਬੰਦਾ ਲਾਇਬ੍ਰੇਰੀ ਪਹੁੰਚਦਾ ਤਾਂ ਹੀ ਤਾਂ ਕਦੇ ਅਸੀਂ ਨਹੀਂ ਗਏ ਉਹ ਬੋਲ ਵੀ ਪਿਆ ਹੁਣ ਮੈਂ ਨਹੀਂ ਬੋਲਦਾ ਕਿਉਂ ਕਿਉਂ ਨਹੀਂ ਬੋਲਦਾ ਓਏ ਕਿਉਂਕਿ ਮੈਂ ਫੈਸਲਾ ਕੀਤਾ ਨਲਾਇਕ ਵਿਦਿਆਰਥੀਆਂ ਨੂੰ ਬਿਲਕੁਲ ਨਹੀਂ ਬੁਲਾਉਣਾ ਉਹ ਫੈਸਲਾ ਤੂੰ ਬਿਲਕੁਲ ਠੀਕ ਕੀਤਾ ਇਹ ਹੈ ਵੀ ਨਹੀਂ ਬੁਲਾਉਣ ਦੇ ਲਾਇਕ ਪਰ ਮੇਰੇ ਨਾਲ ਯਾਰ ਚਾਹ ਤਾਂ ਪੀ ਲੈ ਹੈ ਚਾਹ ਪੀਂਦੇ ਆ ਵਿਹਲੇ ਲੋਕ ਸਾਨੂੰ ਚਾਹ ਦੀ ਚੁਸਕੀਆਂ ਨਾਲੋਂ ਕਿਤਾਬਾਂ ਦਾ ਜ਼ਿਆਦਾ ਚਸਕਾ ਚੱਲ ਪੁੱਲ ਕੇ ਲਾ GPS ਲਾਇਬ੍ਰੇਰੀ ਦਾ ਆ ਕਿਤਾਬਾਂ ਦੇ ਚਸਕੇ ਨਾਲੋਂ ਜ਼ਿਆਦਾ ਮੈਨੂੰ ਇਹਦਾ ਚਸਕਾ ਪੁੱਲ ਕੇ ਚ ਪਿਆ ਲੱਗਦਾ ਪਰ ਬਹਿ ਨਲਾਇਕ ਨਲਾਇਕ ਹੀ ਹੁੰਦਾ ਕੀ ਗੱਲ ਮੈਂ ਪਾਸ ਨਹੀਂ ਹੁੰਦਾ ਨਹੀਂ ਨਹੀਂ ਵੀਰ ਮੈਂ ਤਾਂ ਬਸ ਵੈਸੇ ਹੀ ਖੇਡਿੰਗ ਨਾ ਪੜ ਲੂ ਵੀਰੇ ਠੀਕ ਹੈ लक्की मतलब लखविंदर तेरी बुक भी सेम चैप्टर ने साले जब किताब सेम है चैप्टर भी तो सेम ही होंगे अच्छा मैंने तो पता नहीं आ यार उर्दू की किताब लेता ले पर इनको पढ़ना क्यों दिखाओ 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 ले ये तो पुट्ठी पढ़ दी पुट्ठी 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 अच्छा पुट्ठी पढ़ दिया तुझे हटाना नहीं मैं तंग कर लूं ਅਜੇ ਤੈਨੂੰ ਕੁਛ ਕਿਹਾ ਨਹੀਂ ਇਸ ਦਿਨ ਆਪਣਾ ਪੜ੍ਹੀ ਜਾ ਲਾਇਬ੍ਰੇਰੀ ਸਾਡੀ ਵੀ ਹੈ ਏਕਮ ਯਾਰ ਮੈਂ ਫ੍ਰੀ ਫਾਇਰ ਇੰਸਟਾਲ ਤਾਂ ਕਰ ਲਈ ਪਰ ਮੇਰੇ ਵਾਲਾ ਬੰਦਾ ਬੜਾ ਸਿੰਪਲ ਜਿਹਾ ਲੱਗਦਾ ਯਾਰ ਫਿਰ ਇਹਦੇ 'ਚ ਕਿੱਡੀ ਗੱਲ ਹੈ ਡਾਇਮੰਡ ਖਰੀਦ ਤੇ ਕਰ ਲੈ ਸ਼ੋਪਿੰਗ ਆਪਾਂ ਹੁਣ ਤੇਰਾ 5 ਲੱਖ ਕਿਤੇ ਨਾ ਕਿਤੇ ਖਰਚਣਾ ਹੀ ਹੈ ਯਾਰ ਆਹ ਚੱਕ 2180 ਡਾਇਮੰਡ ਹੋ ਗਿਆ ਆਪਣੇ ਕੋਲ ਅੱਗੇ ਦੱਸ ਹੁਣ ਕੀ ਕਰਨਾ ਬਸ ਹੁਣ ਸਟੋਰ ਤੇ ਜਾ ਸਟੋਰ ਤੇ ਨਵਾਂ ਕਰੈਕਟਰ ਲੈਨੇ ਆਪਾਂ ਪਹਿਲਾਂ ਤਾਂ ਚੱਲ ਉਹ ਐਂਟੋਨੀਓ ਖਰੀਦ ਲਈਏ ਹਾਂ ਖਰੀਦ ਲੈ ਅਲੱਕੀ ਨੂੰ ਦਿਖਾ ਮੜਾ ਜਾ ਉਹ ਫੈਸ਼ਨ ਚ ਐਨਕਾਂ ਟੋਪੀਆਂ ਸ਼ਰਟਾਂ ਜੈਕਟਾਂ ਸਾਰਾ ਕੁਛ ਹੀ ਆ ਦੇਖੀ ਮੜਾ ਜਾ ਹਾਂ ਪਰ ਤੂੰ ਐ ਕਰ ਯਾਰ ਸਾਰੇ ਦਾ ਸਾਰਾ ਬੰਡਲ ਹੀ ਲੈ ਲਾ ਤੂੰ ਚੁੱਪ ਕਰਕੇ ਇਹ ਵੀ ਠੀਕ ਆ ਯਾਰ ਨਾਲੇ ਸਾਰਾ ਕੁਝ ਮੈਚਿੰਗ ਕੀਤਾ ਕਰਾਈ ਮਿਲ ਰਿਹਾ ਉਹ ਜਸ ਆਹ ਯੰਗਸਟਰ ਵਾਲਾ ਖਰੀਦ ਲਾ ਨਾਲੇ ਜਮਾ ਤੇਰੀ ਲੁੱਕ ਜੀ ਲੱਗੂਗੀ ਹਟ ਜਾ ਇੱਕ ਮਿੰਟ ਆ ਚੱਕ ਖਰੀਦ ਲਿਆ ਆ ਨਾਲ ਦੀ ਨਾਲ ਗੰਦੀ ਸਕਿਨ ਵੀ ਖਰੀਦ ਲਈ ਮੈਚਿੰਗ ਕਰਕੇ ਖਰੀਦ ਲੈ ਨਾਲੇ ਤੂੰ ਲੱਗਦੇ ਹੱਥ ਨਾ ਆਪਣਾ ਕ੍ਰੇਡਿਟ ਜੇ ਵੱਲ ਨਿਗਾਹ ਮਾਰ ਲਾ
एक क्रेट के में खुलू बस ऐसे भी देख मरा यार हाँ दब दे दब दे हाँ हाँ आ क्रेट ला चुप करके तेन मैं दसा वही तो पांच चीजा सीधी निकल तेन क्या था सी आ जा मैच लाइए फिर तुम हटना नहीं फिर नहीं चलो ठीक है अज एक पासा कर ही लें फिर कर ला भो रखता पासा तेरा खड़ तेरा वड्डा पासा हिलाना मैं मैडम जी हटते नहीं मैं तंग करी जाते लकी कूलिप लगी है जेड़ा बोलिया नहीं जा रहा ओ भरावा प्रॉब्लम की है तेरी नहीं चाहना की है तू है पढ़ना चाहना ना ले पढ़ा लोगों के मूँह बंद कराने ना करा पर ये मतलब ये थोड़ा यार कि साढ़े नाल उठना बहना बंद कर देगा फिर रौला पा ले यार रौले वाली कड़ी गल है ये मैंने तेन भी तो पता ही है जड़ी चीज़ का ज्यादा चाह करिए बंदा उन्नी छेती तो बोर हो जाता है नाले ब्रो तू आप देख लिया तेरे पास्ट नाल इत्थे किसी नूं कोई लेना देना नहीं है ना तेनू इत्थे किसी ने कुछ कहा वाह देख नकली फौजी खड़ा की हाल है फौजी साहब आ गए बाबा छुट्टी तो वड्डे दी मैं कराना तेरी छुट्टी और किन्ना जुलूस कढ़ावांगा यार लक्की यार चुरलुआ ने भी हुणे आउणा सी कोई ना वाइस प्रेसिडेंट बन लैणगे कॉलेज दा कल्ले कल्ले नूं देख लो पहला ये दस आ लक्की दा की करिए कुछ नहीं करना जो सिर ते छत नहीं ना मिली रहन आपे आ उड़े चल चलिए इसलिए मेमोरी हायरार्की सब तो पहला आंदा है सेकेंडरी मेमोरी फिर मेन मेमोरी ते उस तो बाद आंदा है कैश मेमोरी ते कैश मेमोरी वर्चुअल मेमोरी हुंदी है एग्जैक्टली थैंक यू मैडम अच्छा अनमोल होस्टल च रहन दा हो गया बंदोबस्त हाँ जी मैडम एक चीमे नाम दा मुंडा जी होस्टल च उन्हें दवाया जी कमरा विजयराज चीमा हाँ जी मैडम उही उस दिन धन्ने च भी काफ़ी सपोर्ट किया सी उन्हें चलो ठीक है मैडम थैंक यू मैं चलदा अनमोल उस गल करके अजे तक गुस्से है मेरे नाल नहीं नहीं मैडम ऐदा दी तो कोई गल नहीं फिर मुड़के तू गल क्यों नहीं कीती मैडम तुसी उस दिन गल ही उजी कर दित्ती मैं समझ नहीं लग गया कि मैं अगो की जवाब दवा अनमोल तेनू तो पता ही है डाइवोर्स तो बाद मैं किन्नी अपसेट रहन लग गई सी फिर जदों थोड़ा बैच आया तो मैं हौली हौली थोड़े नाल घुल मिल गई ते थोड़ियां खुशियां च अपनियां तकलीफां नूं भुलदी गई उदों तक सब कुछ ठीक सी पर जदों तूं उस दिन मैनूं गुंडियां तों बचाया मेरी इंट्रैक्शन कदों अट्रैक्शन च बदल गई मैनूं खुद नूं पता नहीं लग्या ते शायद इसे लई मैं तेनूं अपने दिल दी गल दस बैठी उस दिन तों बाद तेन फेस करना मेरे लिए बहुत औखा हो गया सी पहला तो मैं सोचा एक कॉलेज ही छड़ दवा बट फिर मैं थोड़ा डिपार्टमेंट छड़ गई बट मैम सारे तो कहते सी कि तुसी बाकी टीचर्स वांगू डेजी दी फुल असेसमेंट नहीं सी लाउंदे ता करके प्रिंसिपल सर ने तुहानू डिपार्टमेंट चो कढ़ता नहीं अनमोल असल च डिपार्टमेंट तो मैं तेरे करके छड़िया सी पर थोड़ी क्लास के स्टूडेंट्स दी रिक्वेस्टां तो बाद मैं सोचा प्रोफेशनल लाइफ च परसनल इशूज नू क्यों इनवॉल्व करना ते फिर मैं थोड़ा डिपार्टमेंट द्वारा ज्वाइन करन दा फैसला कर लिया खैर जो होना सी हो गया बाकी हुण तू सब कुछ भुल भुला के पहला वांग मेहनत जारी रख जे कदे किते भी कोई भी लोड हुई तां मैं हमेशा तेरे नाल हां थैंक यू मैडम चलो ठीक है मैडम मैं चलता हूँ हाँ जी श्योर
साला आज तुमको नहीं छोड़ेंगे, ऐसा फोड़ेंगे कि कपकपा जाओगे। देख तो सही साले कच्चा छोड़। लक्की भैया आप यार पूछन मैनू सीगा तू फुल सजा के मेरा स्वागत करेगा, तू तो सिर सजाउन फिरदा यार परे रख। अरे लक्की भैया मेरे, लक्की भैया मेरी जान। किवें आ? अरे बहुत है बढ़िया, खड़े कहां हो? अरे आओ ना, बैठो ना, बैठो 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 बैठो। और बताओ। यार तू चंगा स्वागत कीता मेरा। अरे का बताए भैया, ये जो हॉस्टल के लोंडे लोग हैं ना, इस साल हमारी नाक में दम करके रखे। पता क्या करते हैं, बिना बताए रूम में घुस जाएंगे। कभी बाल्टी उठा करके ले गए, कभी प्रेस उठा करके ले गए। अरे कल तो हदे कर दिया, पता क्या उठा लिया? क्या? ऊ ऊ की कच्चा मारा साले दे पुठे आधी दो ना, मैं तेन कच्चे चुकन वाला लगदा। ओ यार अगले ने समान तो तेरा चुक के लैके जाना ही है, दरवाजा तेरे रूम का इदा खुला जिदा व्याह नूं 5-7 साल हो गए होंगे। अरे भैया क्या बोल रहे हो आप? अरे हम तो गए थे वॉशरूम एक नंबर के लिए, फिर पता क्या हुआ, रास्ते में जाते जाते हमको 2 नंबर का प्रेशर पड़ गया, तो बस फिर थोड़ा टाइम लग गया। यार पूछ यार, धन ने वो लोग जेडे तेरा कच्छा पाउंदे है? पाउंदे नहीं हैंगे। हाँ। बुलेट साफ कर दे हैंगे। हाय बेचारे बुलेट। लक्की भैया छोड़ो ये सब बात, आपको एक बात बताएं, आपको यहाँ देख करके हमको इतना अच्छा लग रहा है कि हम बता नहीं सकते। अरे हमको तो लगा था कि आप हमारी बातों का गुस्सा कर गए। यार मैं उससे सिलसिले से तेरे ना गल करना आया सी। अरे मोरी मैया अब तो सच में गुस्सा कर गए भैया। देखे भैया हम सब कुछ फ्लो फ्लो में बोले थे। हाँ ओ फ्लो फ्लो दिया लग दिया, जड़िया गल्ला तू मैनू कह के आया ना उन्हें गल्ला करके ही तो मैं वापस आया। मैनू लगता सी मैं हुण कदे नालायक तो लायक ही नहीं बन सकता। हुण ना लोगों के मूँह बंद करने ते पढ़ाई करनी है बस। अरे वाह शाबाश, ये हुई ना बात, पूछो कौन सी? कौन सी? ओए दबिदानी हुंदा। तू कितने सीख लिया है? अरे आपके दोस्तों से, जस भैया, एकम भैया, रूप भैया, सबके सब बहुत अच्छे लोग हैं भैया। वैसे कम उनके साथ थोड़ा कम रहे हैं, लेकिन आज भी उनका याद बहुत आता है भैया, बहुत मिस करते हैं। आप भी उनके साथ ही रह रहे हैं ना लक्की भैया? ओ लक्की भैया। हाँ। तो कहाँ खो गए, उनके साथ रह रहे हैं ना? यार रहने का अजे बंदोबस्त जहा किया नहीं है। अच्छा भूषण। हाँ? यार तेरी एक हेल्प चाहिए सी। अरे एक का दो करेंगे आप बताइए तो। यार तू मैनू UPSC एग्जाम की तैयारी करा देगा तू? मैं तेरे को आ जाया करा यार पढ़ने लिए। नहीं भैया देखिए ये हमसे ना हो पाएगा, सॉरी। अपना सामान लीजिए, हमसे नहीं हो पाएगा यार। अरे का भैया, अरे जब एक ही रूम में रहना है तो पढ़ाई भी तो एक साथ ही करेंगे ना, और खबरदार अगर जाने का कहीं बात भी किया तो हम आपका कपड़ा भी पहनेंगे, आपको UPSC का तैयारी भी करवाएंगे और आपका कच्छा भी पहनेंगे। ओ भूषण। हाँ। यार बाकी गल्लां तां तेरियां सब ठीक है, मैं तेनू कच्छा नहीं पाउन देना अपना। का है? मेरे को आपको एक का यार। भैया मजाक बहुत कर रहे हैं, अगर हमको तो सीरियस कर दिया आपने। यार मैं कदे कदे मजाक है। अरे नहीं नहीं भैया जे तेनू PSA वालों वाइस प्रेसिडेंट खड़ा कर दिए तां भाई मैनू। हां हां शुगर मिल है जीजू हुण दी, पर हुण इत्थे देख के लगदा कुछ गलत जिहा ही करदे आ। हाँ जी तो कैसा लगा हमरा? ओ साले पंजाबी चाचा नहीं है ना समझना, सच्ची यूपी तो चाके ले आंदा। हाँ जी तो किवें लग्या साडा 7th एपिसोड? ते जे वधिया लग्गे होवे तां ओनू वध तों वध शेयर लाइक ते कमेंट करियो जी, ते फ्री फायर गेम नू डाउनलोड करन लई डिस्क्रिप्शन च दित्ते लिंक ते क्लिक करो, ते ट्रोल पंजाबी चैनल नू सबसक्राइब करो ते दबा दियो घंटी।